ਸਤਿ ਸ਼੍ਰੀ ਅਕਾਲ ਗਾਈਸ, ਕੀ ਹਾਲ ਚਾਲ ਸਭ ਦਾ। ਤਾਂ ਗਾਈਸ, ਜਿਸ ਚੀਜ਼ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ ਉਹ ਟਾਈਮ ਅੱਜ ਆ ਗਿਆ ਹੈ। ਠੀਕ ਹੈ, ਤਾਂ ਹੁਣੇ ਹੁਣੇ ਮੈਂ ਚੈੱਕ ਕਰ ਰਿਹਾ ਸੀਗਾ ਤਾਂ BFA ਦਾ ਚੰਡੀਗੜ੍ਹ ਕਾਲਜ ਆਫ ਆਰਟ ਦਾ 2021 ਦਾ ਇਗਜ਼ਾਮ, ਐਂਟਰੈਂਸ ਇਗਜ਼ਾਮ ਆ ਚੁੱਕਾ ਹੈ। ਠੀਕ ਹੈ, ਐਂਡ ਉਸਕਾ ਪਹਿਲੀ ਮਤਲਬ ਉਸਮੇ ਸਭਸੇ ਪਹਿਲੀ ਬਾਤ ਮੇਨ ਬਾਤ ਬਤਾ ਦੂੰ, ਤੋ ਸਭਸੇ ਪਹਿਲੇ ਤੋਂ 20 ਤਾਰੀਖ ਤੱਕ ਇਸਕੀ ਲਾਸਟ ਡੇਟ ਹੈ। ਓਕੇ, 20 ਤਾਰੀਖ ਸੇ ਪਹਿਲੇ ਪਹਿਲੇ ਆਪ ਸਾਰੇ ਫਾਰਮ ਵਗੈਰਾ ਇਸਕੇ ਭਰ ਲਓ, ਭਰ ਕੇ ਸਬਮਿਟ ਕਰ ਦਿਓ। ਓਕੇ, ਐਂਡ ਦੂਸਰੀ ਬਾਤ, 25 ਕੋ ਆਪਕੀ ਜੋ ਕੈਂਡੀਡੇਟ ਡਿਸਪਲੇ ਹੈ ਜੋ ਸਿਲੈਕਟ ਹੋ ਜਾਏਗੇ, ਜੋ ਐਲੀਜੀਬਲ ਹੋਗੇ, ਜਿਨਕੇ ਸਾਰੇ ਡਾਕੂਮੈਂਟ ਸਹੀ ਹੋਗੇ, ਮਤਲਬ ਸਹੀ ਸੇ ਫਾਰਮ ਭਰਾ ਹੋਗਾ, ਤੋ ਵੋ ਉਨਕੀ ਸਾਰੇ ਕੀ ਲਿਸਟ ਆ ਜਾਏਗੀ 25 ਕੋ, 8 ਅਗਸਤ 25 ਕੋ ਆਪਕੀ ਡਿਸਪਲੇ ਹੋ ਜਾਏਗੀ, ਆਪਕੀ ਜੋ ਲਿਸਟ ਹੈ ਕੈਂਡੀਡੇਟਸ ਕੀ ਜੋ ਟੈਸਟ ਕੇ ਲੀਏ ਐਲੀਜੀਬਲ ਹੋਗੇ। ਓਕੇ, ਤੋ 28 ਸੇ ਲੈ ਕੇ 3 ਤਾਰੀਖ ਸਪਤੰਬਰ ਕੀ 3 ਤਾਰੀਖ ਤੱਕ ਆਪਕੇ ਯੇ ਟੈਸਟ ਚਲੇਗਾ, ਜੇ ਜੋ ਐਂਟਰੈਂਸ ਇਗਜ਼ਾਮ ਹੈ ਇਤਨੇ ਦਿਨ ਚਲੇਗਾ। ਠੀਕ ਹੈ, 28 ਅਗਸਤ ਸੇ ਲੈ ਕੇ 3 ਸਪਤੰਬਰ ਤੱਕ ਯੇ ਚਲੇਗਾ। ਓਕੇ, ਤੋ ਉਸਮੇ ਸਾਰੇ ਆਪਕੋ ਬਾਂਟ ਦਿਆ ਜਾਏਗਾ, ਜੈਸੇ ਜੈਸੇ ਆਪਕੇ ਰੋਲ ਨੰਬਰ ਹੋਗੇ। ਠੀਕ ਹੈ, ਤੋ ਉਨਕੋ ਮਤਲਬ ਹਾਫ ਹਾਫ ਮੇ ਬਾਂਟ ਦਿਆ ਜਾਏਗਾ ਕਿ 40 ਕਾ ਇਸ ਪਹਿਲੇ ਦਿਨ ਹੈ, 28 ਕੋ ਹੈ, ਐਂਡ ਨੈਕਸਟ 40 ਕਾ 29 ਕੋ ਹੈ, ਐਸੇ ਐਸੇ ਬਾਂਟ ਦਿਆ ਜਾਏਗਾ। ਓਕੇ, ਤੋ ਵੋ ਲਿਸਟ ਆਗੇ ਜਾ ਕੇ ਮਿਲ ਜਾਏਗੀ, ਜਬ ਵੋ ਆਪਣਾ ਜੋ ਸਿਲੈਕਟ ਕੈਂਡੀਡੇਟ ਹੈ ਉਨਕੀ ਲਿਸਟ ਬਣਾਏਗੇ, ਤਬ ਵੋ ਇਸਕੇ ਸਾਥ ਯੇ ਵੀ ਬਤਾ ਦੇਗੇ ਕਿ ਕਿਸਕਾ ਪਹਿਲੇ ਹੈ, ਕਿਸਕਾ ਬਾਅਦ ਮੇ ਹੈ। ਓਕੇ, ਤੋ UT ਐਂਡ ਆਲ ਇੰਡੀਆ ਪੂਲ ਵਾਲੋ ਕਾ ਇਸਮੇ ਹੋਗਾ 28 ਸੇ 3 ਸਪਤੰਬਰ ਤੱਕ, ਇਨਕੇ ਬੀਚ ਬੀਚ ਹੋ ਜਾਏਗਾ। ਐਂਡ 7 ਸਪਤੰਬਰ ਕੋ ਮੈਰਿਟ ਲਿਸਟ ਲੱਗ ਜਾਏਗੀ, ਮਤਲਬ ਆਨਲਾਈਨ ਆ ਜਾਏਗੀ, ਪਤਾ ਲੱਗ ਜਾਏਗਾ ਕਿ ਕਿਸਕਾ ਪਹਿਲਾ ਰੈਂਕ ਹੈ, ਰੈਂਕ ਮੈਰਿਟ ਲਿਸਟ ਬਣ ਕੇ ਆ ਜਾਏਗੀ। ਤੋ 13 ਕੋ ਸਪਤੰਬਰ ਕੀ ਫਸਟ ਕਾਉਂਸਲਿੰਗ ਹੋਗੀ UT ਵਾਲੋਂ ਕੀ, ਐਂਡ 14 ਕੋ ਹੋਗੀ ਆਲ ਇੰਡੀਆ ਪੂਲ ਕੀ, ਤੋ ਮੈਂ PCC ਸੇ ਦੇਖ ਕੇ ਬਤਾ ਰਹਾ ਹੂੰ, ਸੋਰੀ, ਆਲ ਇੰਡੀਆ ਪੂਲ ਕੀ। ਠੀਕ ਹੈ, 14 ਕੋ ਹੋਗੀ ਐਂਡ 13 ਕੋ UT ਪੂਲ ਕੀ ਹੋਗੀ, ਮੈਰਿਟ ਵਾਈਜ਼ ਤੁਹਾਨੂੰ ਇਨਫੋਰਮ ਕੀਤਾ ਜਾਊਗਾ। ਠੀਕ ਹੈ, ਤਾਂ 20 ਤਾਰੀਖ ਕੋ ਟੀਚਿੰਗ ਸਟਾਰਟ ਹੋ ਜਾਏਗੀ, ਮਤਲਬ ਕਾਲਜ ਲੱਗਣੇ ਸਟਾਰਟ ਹੋ ਜਾਏਗੇ 20 ਤਾਰੀਖ ਕੋ ਸਪਤੰਬਰ ਕੀ, 9ਵੇਂ ਮਹੀਨੇ ਕੀ 20 ਤਾਰੀਖ ਕੋ। ਤੋ 4 ਤਾਰੀਖ ਕੋ ਫਿਰ ਸੈਕਿੰਡ ਕਾਉਂਸਲਿੰਗ ਹੋਗੀ 10ਵੇਂ ਮਹੀਨੇ ਕੀ, ਮਤਲਬ ਪੂਰੇ 1 ਮਹੀਨੇ ਬਾਅਦ। ਠੀਕ ਹੈ, 4 ਤਾਰੀਖ ਕੋ 10ਵੇਂ ਮਹੀਨੇ ਕੀ ਅਕਤੂਬਰ, 10ਵਾਂ ਮਹੀਨਾ ਅਕਤੂਬਰ ਹੋਤਾ ਹੈ ਨਾ, ਤੋ ਅਕਤੂਬਰ ਕੀ 4 ਤਾਰੀਖ ਕੋ ਆਪਕੀ ਸੈਕਿੰਡ ਕਾਉਂਸਲਿੰਗ ਹੋਗੀ, ਐਂਡ ਉਸਕੇ ਨੈਕਸਟ 11ਵੇਂ ਮਹੀਨੇ ਕੀ 5 ਤਾਰੀਖ ਕੋ ਆਪਕੀ ਥਰਡ ਕਾਉਂਸਲਿੰਗ ਹੋਗੀ। ਠੀਕ ਹੈ, ਤੋ 11ਵੇਂ ਮਹੀਨੇ ਕੀ 8 ਤਾਰੀਖ ਕੋ ਹੋਗੀ ਆਲ ਇੰਡੀਆ ਪੂਲ ਕੀ, ਤੋ ਲਿਸਟ ਮੇ ਲਿਖਾ ਹੁਆ ਹੈ, ਆਪਕੋ ਡੇਟ ਵਾਈਜ਼ ਪਤਾ ਚਲਤਾ ਜਾਏਗਾ ਜੈਸੇ ਆਪ ਪੜੋਗੇ। ਠੀਕ ਹੈ, ਜੋ ਵੀ ਨਹੀਂ ਪਤਾ ਚਲੇਗਾ ਮੇਰੇ ਕੋ ਕਮੈਂਟ ਬਾਕਸ ਮੇ ਲਿਖ ਦੇਣਾ, ਤੋ ਮੈਂ ਉਸਕਾ ਬਤਾ ਦੂੰਗਾ। ਤੋ ਇਸਮੇ 4 ਸਟ੍ਰੀਮਸ ਹੈ, ਪੇਂਟਿੰਗ, ਅਪਲਾਈਡ ਆਰਟ, ਗ੍ਰਾਫਿਕਸ, ਸਕਲਪਚਰ, ਚਾਰੋਂ ਮੇ 15-15 ਸ਼ੀਟੇ ਹੈ, 15-15 ਸ਼ੀਟਸ ਹੈ। ਠੀਕ ਹੈ, ਟੋਟਲ ਮਿਲਾ ਕੇ 60 ਸ਼ੀਟਸ ਬਣ ਜਾਤੀ ਹੈ ਆਪਕੀ। ਤੋ ਉਸਕੇ ਬਾਅਦ ਮੇ ਆ ਜਾਤਾ ਹੈ ਆਪਕਾ ਟੈਸਟ ਕਾ, ਕਿ ਟੈਸਟ ਕੈਸੇ ਕੈਸੇ ਹੋਗੇ, ਕੌਨਸਾ ਟੈਸਟ ਹੋਗਾ। ਤੋ ਸਭਸੇ ਬੜੀ ਬਾਤ ਕਿ ਇਸ ਵਾਰ ਕੰਪੋਜੀਸ਼ਨ ਕਾ ਟੈਸਟ ਹੋ ਰਹਾ ਹੈ। ਓਕੇ, ਐਂਡ ਨੰਬਰ ਪਹਿਲੇ ਪੇ ਉਨ੍ਹਾਂਨੇ ਜਨਰਲ ਨੌਲੇਜ ਕਾ ਟੈਸਟ ਲੇਂਗੇ, ਜਿਸਮੇ ਹੋਗੀ ਆਪਕੀ ਅਬਾਊਟ ਆਰਟ, ਇੰਗਲਿਸ਼ ਕਮ, ਠੀਕ ਹੈ, ਆਰਟ ਕੇ ਰਿਕਾਰਡਿੰਗ ਜੋ ਵੀ ਥੋੜ੍ਹੀ ਬਹੁਤੀ ਜਨਰਲ ਨੌਲੇਜ ਹੋਗੀ, 20 ਨੰਬਰ ਕਾ ਯੇ ਟੈਸਟ ਹੋਗਾ। ਓਕੇ, ਐਂਡ DFA ਜੋ ਸਪੈਸ਼ਲ ਡਿਪਲੋਮੇ ਵਾਲੇ ਹੈ, ਠੀਕ ਹੈ, ਉਨਕਾ ਨਹੀਂ ਹੋਗਾ। ਸਪੈਸ਼ਲ ਡਿਪਲੋਮਾ ਮੈਂ ਬਤਾ ਦੂੰ ਕੌਣ ਕਰ ਸਕਤੇ ਹੈ, ਜਿਨਮੇ ਥੋੜਾ ਸਾ ਉਨਕੀ ਬਾਡੀ ਮੇ ਥੋੜਾ ਬਹੁਤਾ ਡਿਫੈਕਟ ਹੋਤਾ ਹੈ, ਕਿਸੀ ਕੋ ਸੁਨਤਾ ਕਮ ਹੈ, ਕਿਸੀ ਕੇ ਹਾਥ ਨਹੀਂ ਹੋਤਾ, ਹੈਨਾ, ਬਾਏ ਬਰਥ ਜਾਂ ਕੈਸੇ ਵੀ, ਤੋ ਕਿਸੀ ਬਾਡੀ ਮਤਲਬ ਬਾਡੀ ਮੇ ਕੋਈ ਵੀ ਡਿਫੈਕਟ ਹੋਤਾ ਹੈ, ਕੋਈ ਵੀ ਪ੍ਰੋਬਲਮ ਹੋਤੀ ਹੈ, ਤੋ ਵੋ ਸਪੈਸ਼ਲ ਡਿਪਲੋਮੇ ਮੇ ਆਤੇ ਹੈ। ਓਕੇ, ਕਿਸੀ ਕੋ ਸੁਨਤਾ ਕਮ ਹੈ, ਕਿਸੀ ਸੇ ਬੋਲ ਨਹੀਂ ਹੋਤਾ, ਤੋ ਵੋ ਚੀਜ਼ ਹੈ, ਉਸਕੋ ਸਪੈਸ਼ਲ ਡਿਪਲੋਮੇ ਮੇ ਰੱਖਾ ਜਾਤਾ ਹੈ। ਓਕੇ, ਐਂਡ ਉਨਕਾ ਕੋਈ ਟੈਸਟ ਨਹੀਂ ਹੋਗਾ, ਯੇ ਵਾਲਾ ਥਿਊਰੀ ਵਾਲਾ,
ओके कंपोजिशन एंड नेक्स्ट आ गया ऑब्जेक्ट ड्राइंग, जिस दे विच तुसी चारकोल एंड पेंसिल से काम कर सकते हो। 2 से 3 अब ऑब्जेक्ट वो रखेंगे आपकी कंपोजिशन में, सॉरी स्टिल लाइफ में। एक बात मैं बता दूंगा, जो पहले स्टिल लाइफ आई थी तो क्योंकि ओनली स्टिल लाइफ थी इसलिए थोड़ी सी उन्होंने डिफिकल्ट रखी थी, काफी मैंने सुनने में आया था काफी औखी थी, है ना, काफी डिफिकल्ट थी। तो इस बार शायद वो इजी रखेंगे क्योंकि इसके साथ कंपोजिशन भी है। ओके तो ये आपका 11 बजे स्टार्ट होगा, जनरल नॉलेज का 10 से 11 बजे तक के बीच बीच में हो जाएगा। ओके एंड फिर ऑब्जेक्ट ड्राइंग का 11 से स्टार्ट होगा, 2:30 पर खत्म हो जाएगा। ओके पीएम 11 AM से स्टार्ट होकर 12:30 पर ये खत्म हो जाएगा। ये 65 नंबर का होता है, ठीक है, और जो स्पेशल डिप्लोमा वालों का होता है वो होता है 75 नंबर का, BFA नॉर्मल वालों का होता है 65 का। ओके तो आगे कंपोजिशन आ जाती है, कंपोजिशन पोस्टर कलर में कर सकते हो, वाटर कलर में कर सकते हो, हाफ एम्पीरियल साइज मिलेगा आपको 1:30 बजे से, ठीक है, उसमें बीच में आपका 1 घंटे का गैप मिलेगा आपको, 11 मतलब जब ऑब्जेक्ट ड्राइंग हो जाएगी उसको 1 घंटे का गैप मिलेगा, फिर आपका कंपोजिशन टेस्ट होगा। तो उसका 1:30 बजे से 1:30 में आप एंटर करेंगे, मतलब स्टार्ट हो जाएगा, तो 3 बजे तक ये चलेगा। ये भी 1.5 घंटे का पेपर है, 65 नंबर का पेपर है BFA वालों का, जो स्पेशल डिप्लोमे वाले हैं उनका 75 नंबर का है। ओके तो जो एप्टीट्यूड टेस्ट होगा, ठीक है, जो GK का टेस्ट होगा तो वो होगा इंग्लिश में होगा। ओके तो आपको शीट वगैरह वहां पे दी जाएगी, आप अपना बोर्ड पेंसिल सारा कुछ लेके जाना है, अपना मटेरियल लेके जाना है, ठीक है, शीट आपको वहां पे मिलेगी, वो देंगे अपना कंटेनर, वो हम अलग से वीडियो बना देंगे क्योंकि लेके क्या क्या जाना है। फर्स्ट काउंसलिंग वही चंडीगढ़ पूल की 13 को होगी, 13 तारीख 9वें महीने की, मतलब सितंबर की मंडे को होगी सुबह 10 बजे, ठीक है। ऑल इंडिया पूल की होगी, जो चंडीगढ़ से बाहर के हैं, आसपास के हैं, ऑल इंडिया से हैं, तो उसकी 14 तारीख को होगी, ठीक है, सुबह 10 बजे स्टार्ट होगी। सेकंड काउंसलिंग होगी चंडीगढ़ की, होगी 4 तारीख को 10वें महीने की। ऑल इंडिया पूल की होगी 5 तारीख को 10वें महीने की, ठीक है। फिर थर्ड काउंसलिंग होगी चंडीगढ़ की, होगी 5 तारीख को 11वें महीने की 5 तारीख को। तो ऑल इंडिया पूल की होगी 8 तारीख को 11वें महीने की 8 तारीख को। ओके तो ये था सारी डेट वगैरह आपको क्लियर हो जाएगी। हो सका तो मैं इसका लिंक अपनी डिस्क्रिप्शन में डाल दूंगा, तो वहां से डाउनलोड कर लेना। ओके हो सका अगर मेरे पॉसिबल हुआ तो हो जाएगा वैसे तो, जहाँ इसकी वेबसाइट का लिंक मैं डिस्क्रिप्शन में डाल दूंगा, वहां से भी आप डाउनलोड कर सकते हो। सो गाइस फाइनली यही इम्पोर्टेंट इन्फॉर्मेशन थी आज की। ओके तो सब लोग प्लीज अपनी अपनी तैयारी स्टार्ट कर दो, तैयारी करो। सो मेरी तरफ से बेस्ट ऑफ लक सभी को, तो फिर मिलते हैं, तैयारी कर लो, फॉर्म भरो, जो भी अगर कुछ भी नहीं पता लगता तो मेरे को आप कमेंट बॉक्स में कमेंट कर देना, तो मैं आपको बता दूंगा उस चीज। तो प्लीज़ मेरे चैनल को सब्सक्राइब कर लेना, लाइक कर लेना, आगे शेयर करना, जिस लोगों को भी ज़रूरत है तो प्लीज़ उनको शेयर कर देना, ठीक है, ताकि ये जानकारी सभी तक पहुंच जाए। और मैं आगे की वीडियो ऐसी इन्फॉर्मेशन जो भी मिलेगी मैं डालता रहूँगा, तो इसीलिए आप चैनल को सब्सक्राइब कर सकते हो। ओके बाय बाय, टेक केयर, सत श्री अकाल, बाय बाय।